गुरुते प्रकट हो ताई गुरु को नाम को मेरे आपने गुरबाणी का कीर्तन करना सीखा है, आप संगत के रूप में इकट्ठे हुए संगत का दर्शन किया है। ऐसे वे समय में कलयुग का भार साढ़े उत्ते पैदा है, दिन रात वक्त सूरज चंद्रमा हो ही नहीं, सगुरां दे अमन साहब जो बाणी लिखा, कोई चंद चढ़े से तारे, कोई दुनिया तप रहा, सा धरती सा पवन चुधारे, युग जी अकेला साव कैसे, जीवन तलब निवार होवे परवाना, कर सिंगाना कर लखन विचार। किसे देत न आया सुनिए, तीर्थ पाक में बैठा, दाता दान करे ता नाही, बाल साहब में बैठा, जे को सत करे तो छीजे, तब करता अपना होई, जे को ना ले बदनामी कल के लखनी। ये समझ लो भी कलयुग का जरा सारा लक्षण सगुरां ने वर्णन किया है वो ये है। जो अभी इस पास पहुंचते हैं फिर ये वर्तारा साढ़े से बरतला है। फिर तो बचने वास्ते एक सिख नूं आख्या भी तुसीं इकट्ठे रहिंदे हो फतेहगढ़ साहब गुरु मारी सरहंद उड़े वे जलसे करके एक दूजे के उत्ते बड़े फुल बरसाते हो, उस मेले के उत्ते शराब के इश्तहार भैड़े भैड़े रिकॉर्ड नहीं सुने जाते हैं, शराब बिकती है, तुम ये काम ना करया करो। कहता जी हम उसे सारे बंद कट्ठे हो जाते हैं, अपनी अपनी गलत करनी पीती है, उसे बंदे कट्ठे सगुरां का इन्ना सिरहाना दिन जरा साढ़े वास्ते की हो सकता है कि साहब जाया जिसे ठीक किया गया। उस दिन से भी साढ़े को शराब नहीं बंद हो सकती, और बड़ा कुछ होंगे बोलते लगते हैं बड़ा कुछ हो रहा। मेरा कहना दौर पर है कि अभी जो इतने कट्ठे होंगे सत्संग कैसी जानी है, उसका एक नाम लिखानी है, उसे बह के भी नाम साढ़े को नहीं जपया जाता, अपनी अपनी गल्ला पुराना आदमी दुआ दिया मैं नहीं उसे जाना, इस तरह के विचार उसे जाके भी बनते हैं। ध्यान उस आदमी वाल हों दुआन में नहीं होंगे, सगुरां की बाणी में साढ़ा ध्यान नहीं होंगे। तो ये वास्ते सबू अरदास करनी चाहिए कि सबू कृपा करे तो हालत बन सके, बिस्तर गई सब दास पराई, जब से पराई दास पराई सड़न जी मेरे अंदर वो निकल जाए, वो निकल गई जिस वे मैं साध संगत मजबूर कर लिया, साध संगत पराई जिस वे मेरे साधु सुख उग जाए सब चाहिए।
ਨਾਨਕ ਸਿਮਰਿਆ ਏਕ ਨਾਮ ਫਿਰ ਗੁਰ ਦਿਤਾਈ। ਇਹਦੇ ਵੱਲ ਸਾਡਾ ਧਿਆਨ ਬੜਾ ਘੱਟ ਜਾਂਦਾ ਕਿ ਅਸੀਂ ਕਿਸ ਤਰੀਕੇ ਨਾਲ ਆਵਾਗਮਨ ਮਹਿਸੂਸ ਕਰਦੇ ਹਾਂ। ਇੱਕ ਸਰੀਰ ਅੱਜ ਮਿਲਿਆ, ਕੋਈ ਕੋਈ ਸਰੀਰ ਕਿਸੇ ਦਾ ਧਿਆਨ ਹੁੰਦਾ, ਹਰ ਸਾਰੇ ਦਾ ਧਿਆਨ ਇਸ ਪਾਸੇ ਨਹੀਂ ਹੁੰਦਾ। ਉਹਦਾ ਵਿਹਾਰ ਵੀ ਠੀਕ ਚੱਲਦਾ, ਦੁਨਿਆਵੀ ਸੁੱਖ ਬੜੇ ਨੇ, ਪਰ ਨਾਮ ਨਹੀਂ ਸਿਮਰਿਆ ਜਾਂਦਾ। ਜੇ ਨਾਮ ਨਾ ਸਿਮਰਿਆ ਗਿਆ ਤਾਂ ਅੱਗੇ ਜਾ ਕੇ ਕੁਛ ਨਹੀਂ ਬਣਦਾ। ਇੱਕ ਆਦਮੀ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤੇ ਉਹ ਹੈ ਜਿਹਨੂੰ ਇਹ ਪਤਾ ਹੀ ਨਹੀਂ ਲੱਗਦਾ, ਉਹਨੂੰ ਕੋਈ ਦੱਸਦਾ ਕਿ ਤੂੰ ਬਿਮਾਰ ਹੈ, ਤੂੰ ਉਹਦਾ ਫਿਰ ਵੀ ਮਨ ਨੂੰ ਜੀ ਨਹੀਂ ਕਰਦਾ। ਇੱਕ ਉਹ ਆਦਮੀ ਜਿਹੜਾ ਆਪਣੇ ਆਪ ਮੰਨਦਾ ਹੈ ਕਿ ਮੈਨੂੰ ਆਹ ਤਕਲੀਫ ਹੋ ਗਈ ਹੈ, ਇਸ ਵੇਲੇ ਉਹਨੂੰ ਪਤਾ ਲੱਗਦਾ ਉਹ ਕੋਈ ਹੁੰਦਾ, ਵਿਚਾਰ ਕਰਨੀ ਸ਼ੁਰੂ ਕਰਦਾ ਕਿਸੇ ਨਾ ਕਿਸੇ ਟਿਕਾਣੇ ਤੇ ਪਹੁੰਚ। ਜਦੋਂ ਮਨ ਵਿੱਚ ਇਹ ਵਿਚਾਰ ਆ ਗਿਆ ਕਿ ਅਸਾਂ ਕੱਪੜੇ ਦੀ ਫੈਕਟਰੀ ਲਾਉਣੀ ਹੈ, ਇਸ ਦਫ਼ਤਰ ਉਹਦਾ ਲਾਇਸੈਂਸ ਮਿਲਦਾ ਹੈ, ਇਸ ਤਰ੍ਹਾਂ ਧਾਗਾ ਖਰੀਦਣਾ ਹੈ, ਇਸ ਤਰ੍ਹਾਂ ਕੱਪੜਾ ਉੜਨਾ ਹੈ, ਇਸ ਤਰ੍ਹਾਂ ਉਹਨੂੰ ਕੱਟਣਾ ਹੈ, ਬਣਾਉਣਾ ਹੈ, ਫਿਰ ਉਹ ਅਸਾਂ ਇੱਥੋਂ ਭੇਜਣਾ ਹੈ, ਵੇਚਣਾ ਹੈ। ਜਦੋਂ ਇਹ ਸਾਰੇ ਵਿਚਾਰ ਮਨ ਵਿੱਚ ਬਣਦੇ ਨੇ ਫਿਰ ਆਦਮੀ ਉਹ ਦਫ਼ਤਰ ਜਾਂਦਾ, ਲਾਇਸੈਂਸ ਲੈਂਦਾ, ਕੁਝ ਹੀ ਕਰਦਾ, ਸਾਰਿਆਂ ਨੂੰ ਮਿਲ ਜਾਂਦੇ ਨੇ। ਜੇ ਸਾਰਿਆਂ ਨੂੰ ਮਿਲ ਜਾ ਜਿਹਨਾਂ ਨੂੰ ਮਿਲ ਜਾਂਦੇ ਨੇ ਕਿ ਉਹਨਾਂ ਦੇ ਵਿਭਾਗ ਸਾਰੇ ਸਿਰੇ ਚੜ੍ਹਦੇ ਨੇ। ਜੇ ਕੱਪੜਾ ਵੀ ਬਣਾ ਲਿਆ, ਕੋਈ ਵਿਕਿਆ ਨਹੀਂ, ਘਾਟਾ ਪੈ ਗਿਆ, ਪਰ ਮਾਇਆ ਦਾ ਐਸਾ ਕੰਮ ਹੈ, ਇੱਧਰੋਂ ਆਦਮੀ ਛੱਡਦਾ ਨਹੀਂ। ਨਹੀਂ, ਉਸ ਆਦਮੀ ਨੇ ਇਹ ਕੰਮ ਨਹੀਂ ਸੀ ਕੀਤਾ ਤਾਂ ਨਹੀਂ ਹੋਇਆ, ਮੈਂ ਇਸ ਤਰ੍ਹਾਂ ਕਰਾਂਗਾ ਤਾਂ ਇਸ ਤਰ੍ਹਾਂ ਹੋ ਜਾਣਾ। ਪਰ ਜਦੋਂ ਸਾਧ ਸੰਗਤ ਆਉਂਦਾ ਹੈ, ਭਜਨ ਬਾਣੀ ਕਰਦਾ, ਫਿਰ ਉਹ ਸੋਚਦਾ ਇਹਦੇ ਨਾਲ ਬਣਿਆ ਤਾਂ ਕੁਛ ਹੈ ਨਹੀਂ, ਭਜਨ ਤਾਂ ਇੰਨੇ ਚਿਰ ਹੋ ਗਿਆ ਸਾਨੂੰ ਕਰਦਿਆਂ ਨੂੰ, ਮੇਰਾ ਮੁੰਡਾ ਮਰ ਗਿਆ, ਮੇਰੇ ਕਾਰਖਾਨੇ 'ਚ ਘਾਟਾ ਪੈ ਗਿਆ, ਭਜਨ ਕਰਦਾ ਕੀ ਫਾਇਦਾ। ਫਿਰ ਉਹ ਇਸ ਪਾਸੇ ਤੁਰਦਾ, ਕਦੇ ਇਹ ਨਹੀਂ ਸੋਚਦਾ ਕਿ ਪੁਰਾਣੇ ਆਦਮੀ ਦਾ ਘਾਟਾ ਪੈ ਗਿਆ, ਫਿਰ ਪੁਰਾਣੇ ਇੰਨੇ ਆਦਮੀਆਂ ਨੂੰ ਘਾਟਾ ਪੈ ਗਿਆ ਕੰਮ ਕਾਰ ਵਿੱਚ, ਅਤੇ ਇਹਦਾ ਕੀ ਫਾਇਦਾ ਇਸ ਕੰਮ ਕਰਨ ਦਾ, ਕੱਢੋ ਬੜਾ ਇਸ ਕੰਮ ਨੂੰ, ਕਦੇ ਇਹ ਨਹੀਂ ਸੋਚਦਾ ਆਦਮੀ। ਫਿਰ ਇਹ ਤੁਹਾਡੇ ਸੋਚਣ ਵਾਲੀ ਗੱਲ ਹੈ ਸਾਡੇ ਸਾਰਿਆਂ ਦੇ, ਕਿ ਜਦੋਂ ਵੀ ਕਦੇ ਮਾਂ ਆਪਣੇ ਬੱਚੇ ਨੂੰ ਮਾਰਦੀ ਹੈ, ਕੀ ਉਹ ਬੱਚਾ ਕਿਸੇ ਹੋਰ ਮਾਂ ਦੀ ਗੋਦ ਵਿੱਚ ਜਾ ਕੇ ਡਿੱਗਦਾ? ਉਹ ਜਿਸ ਵੇਲੇ ਮਾਂ ਬੱਚੇ ਨੂੰ ਮਾਰਦੀ ਹੈ, ਉਹ ਕਾਹਦੇ ਵਾਸਤੇ ਮਾਰਦੀ ਹੈ? ਉਹਨੂੰ ਦੁਖੀ ਕਰਨ ਵਾਸਤੇ ਨਹੀਂ ਮਾਰਦੀ, ਉਹਨੂੰ ਸੁੱਖ ਦੇਣ ਵਾਸਤੇ ਮਾਰਦੀ ਹੈ। ਉਹ ਗਲਤੀ ਕਰਦਾ, ਉਹਦੇ ਕੋਲ ਗਲਤੀਆਂ ਹੁੰਦੀਆਂ ਨੇ, ਫਿਰ ਉਸਨੂੰ ਚਿੜਕਦੀ ਹੈ। ਪਰ ਬੱਚੇ ਉਸ ਵੇਲੇ ਮਾਂ ਦੀ ਗੋਦ ਵਿੱਚ ਜਾ ਕੇ ਡਿੱਗਦੇ ਨੇ, ਜੇ ਰੁਕਦੇ ਨੇ ਤਾਂ ਮਾਂ ਕੋਲ ਜਾ ਕੇ ਰੁਕਦੇ ਨੇ, ਜੇ ਗੁੱਸੇ ਹੁੰਦੇ ਨੇ ਤਾਂ ਮਾਂ ਨਾਲ ਹੁੰਦੇ ਨੇ, ਜੇ ਰਾਜੀ ਹੁੰਦੇ ਨੇ ਤਾਂ ਮਾਂ ਨਾਲ ਹੁੰਦੇ ਨੇ। ਪਰ ਸਾਡੀ ਇਹ ਆਦਤ ਹੈ ਵੀ ਜਦੋਂ ਕੋਈ ਗੱਲ ਇਹੋ ਜਿਹੀ ਘਟਨਾ ਘਟੇ, ਜੇ ਕੋਈ ਮੁੰਡਾ ਬਿਮਾਰ ਹੋ ਗਿਆ ਜਾਂ ਕੰਮ ਨਹੀਂ ਮਿਲਿਆ, ਛੱਡੋ ਜੀ ਉੱਥੇ ਕੀ ਜਾਣਾ, ਉੱਥੇ ਪੈ ਸਾਨੂੰ ਕੰਮ ਨਹੀਂ ਮਿਲਿਆ, ਅਸਲ ਕੰਮ ਜਿਹੜਾ ਉਹ ਸਾਨੂੰ ਬਿਲਕੁਲ ਚੇਤਾ ਭੁੱਲ ਗਿਆ, ਭੁੱਲ ਗਿਆ। ਔਰ ਮੂਰਖ ਕਾਰਾ ਲਾਈਆ ਨਾਨਕ ਹਰ ਕੰਮ। ਇਸ ਪਾਸੇ ਮਨ ਨੂੰ ਤਗੜਾ ਕਰਕੇ ਲਾਉਣ ਨਾਲ ਸੱਤ ਦਾ ਸੰਗ, ਇੱਥੇ ਮੈਂ ਸਾਧ ਨੂੰ ਅਰਜ਼ ਕਰਾਂਗਾ, ਇੱਕ ਨਾਰਾਇਣ ਹਰੀ ਉਪਦੇਸ਼ ਗ੍ਰੰਥ ਹੈ, ਉਹ ਜ਼ਰੂਰ ਪੜ੍ਹਿਆ ਕਰੋ, ਜਿਸ ਨੂੰ ਵਾਲ ਉਹ ਮਿਲ ਜਾਂਦੇ ਨੇ। ਮਨ ਦਾ ਸੁਭਾਅ ਇਸ ਤਰ੍ਹਾਂ ਦਾ, ਜਿਹੜੀਆਂ ਜਿਹੜੀਆਂ ਗੱਲਾਂ ਪੜ੍ਹਦਾ, ਨਾਵਲ ਪੜ੍ਹੇਗਾ ਜਾਂ ਕੋਈ ਕਾਰਖਾਨੇ ਦੀ ਗੱਲ ਪੜ੍ਹੇਗਾ, ਪੈਸੇ ਵਾਲੀ ਗੱਲ ਪੜ੍ਹੇਗਾ, ਉਹ ਜ਼ਰੂਰ ਭੱਜਦਾ। ਜੇ ਸਾਧ ਸੰਗਤ ਵਾਲੀ ਗੱਲ ਪੜ੍ਹੇ ਤਾਂ ਉਹ ਬੜਾ ਮੁਸ਼ਕਿਲ ਹੈ, ਕੁਛ ਨਾ ਕੁਛ ਥੋੜ੍ਹਾ ਬੜਾ ਲੱਗੇਗਾ ਹੀ। ਪਰ ਇਸ ਪਾਸੇ ਸਾਨੂੰ ਪੜ੍ਹਨ ਨੂੰ ਵੀ ਟਾਈਮ ਨਹੀਂ ਮਿਲਦਾ। ਇੱਕ ਸ਼ਹਿਰ ਵਿੱਚ ਰਾਜਾ ਸੀ, ਜਿੱਥੇ ਰਹਿੰਦਾ ਉੱਥੇ ਇੱਕ ਗੁੱਜਰ ਸੀ ਦੁੱਧ ਵੇਚਦਾ। ਉਸਨੇ ਆਪਣੀ ਲੜਕੀ ਨੂੰ ਦੁੱਧ ਵੇਚਣ ਭੇਜ ਦੇਣਾ, ਨਾਲ ਉਹਨੂੰ ਉਪਦੇਸ਼ ਦੇਣਾ, ਬਾਹਰ ਸਾਧੂਆਂ ਦਾ ਡੇਰਾ ਸੀ, ਉਹਨੇ ਆਪਣਾ ਵੇਖੀ ਉਸ ਪੱਟਿਆਂ ਦੇ ਡੇਰੇ ਦਾ ਚਿਹਰੇ। ਉਹ ਇੱਕ ਦਿਨ ਅੱਗੇ ਤਾਂ ਰੋਜ਼ ਉਹਦਾ ਉਪਦੇਸ਼ ਗ੍ਰਹਿਣ ਕਰਦੀ ਰਹੀ। ਇੱਕ ਦਿਨ ਉਹਨੇ ਸੋਚਿਆ, ਮੈਂ ਇੱਥੇ ਛਾਂ ਬੜੀ ਸੋਹਣੀ ਹੈ, ਇੱਥੇ ਥੋੜ੍ਹਾ ਜਿਹਾ ਬਹਿ ਕੇ ਸਾਹ ਲੈ ਲਵਾਂ, ਦੁੱਧ ਜਾਂ ਪੈਸੇ ਨਾ ਦਿਆਂਗੇ ਇਹਨਾਂ ਨੂੰ।
ਉੱਥੇ ਬਹਿ ਕੇ ਸਾਧੂ ਜਿਹੜੇ ਵਿਚਾਰ ਕਰਦੇ ਸਨ ਉਹ ਉੱਥੇ ਬਹਿ ਕੇ ਕਿਸੇ ਦੀ ਨਿੰਦਿਆ ਚੁਗਲੀ ਈਰਖਾ ਨਹੀਂ ਸਨ ਕਰਦੇ, ਉਹ ਸੱਤ ਤੇ ਅਸੱਤ ਦੇ ਵਿਚਾਰ ਕਰਦੇ ਸਨ। ਲੜਕੀ ਸੁਣਦੀ ਗਈ ਸੁਣਦੀ ਗਈ, ਕਹਿੰਦੀ ਸੰਤ ਜੀ ਮੈਨੂੰ ਸਮਝ ਨਹੀਂ ਆਈ ਤੁਸੀਂ ਕੀ ਗੱਲਾਂ ਕਰਦੇ ਹੋ, ਗੱਲਾਂ ਮੈਂ ਸਾਰੀਆਂ ਸੁਣਦੀ ਹਾਂ, ਜਿਹੜੀ ਜ਼ਬਾਨ ਵਿੱਚ ਤੁਸੀਂ ਗੱਲਾਂ ਕਰਦੇ ਹੋ ਉਹ ਜ਼ਬਾਨ ਵੀ ਮੈਨੂੰ ਆਉਂਦੀ ਹੈ, ਪਰ ਤੁਸੀਂ ਕੀ ਗੱਲ ਕਰਦੇ ਹੋ ਉਹਦਾ ਮੈਨੂੰ ਨਹੀਂ ਪਤਾ ਲੱਗਾ ਵੀ ਉਹਦਾ ਭਾਵ ਕੀ ਹੈ। ਉਹਨਾਂ ਨੇ ਆਖਿਆ ਬੀਬੀ ਅਸੀਂ ਸੱਤ ਅਤੇ ਅਸੱਤ ਦੀ ਵਿਚਾਰ ਕਰਦੇ ਹਾਂ, ਵਧੀਆ ਇਹ ਤਾਂ ਮੈਂ ਸੁਣਦੀ ਹਾਂ ਪਰ ਸੱਤ ਅਤੇ ਅਸੱਤ ਦੀ ਵਿਚਾਰ ਕੀ ਹੈ ਮੈਨੂੰ ਇਹਦੇ ਬਾਰੇ ਕੋਈ ਸਮਝ ਨਹੀਂ ਆ ਰਹੀ। ਫਿਰ ਉਹਨਾਂ ਨੇ ਆਖਿਆ ਵੀ ਅਸੀਂ ਜਿਸ ਤਰ੍ਹਾਂ ਤੂੰ ਪੁੱਛਿਆ ਤੂੰ ਵੀ ਕੰਮ ਕਰਦੇ ਹਾਂ, ਮੈਂ ਕਿਹਾ ਜੀ ਮੈਂ ਦੁੱਧ ਵੇਚਦੀ ਹਾਂ। ਉਹਨੂੰ ਫਿਰ ਪੁੱਛਿਆ ਵੀ ਤੂੰ ਜਿਹੜਾ ਦੁੱਧ ਵੇਚਦੀ ਹੈ ਉਹਦੇ 'ਚ ਪਾਣੀ ਪਾਉਂਦੀ ਹੈ ਕਿ ਨਹੀਂ ਪਾਉਂਦੀ? ਉਹਨਾਂ ਆਖਿਆ ਜੀ ਪਾਣੀ ਪਾ ਕੇ ਵੇਚਦੀ ਹਾਂ। ਉਹਨਾਂ ਆਖਿਆ ਬੀਬੀ ਫਿਰ ਇਹੋ ਗੱਲ ਹੈ ਜਿਹੜਾ ਦੁੱਧ ਹੈ ਉਹ ਸੱਤ ਹੈ, ਪਾਣੀ ਝੂਠ ਹੈ, ਪਾਣੀ ਅਸੱਤ ਹੈ। ਅਸੀਂ ਵੀ ਇਹੋ ਕੁਝ ਵੇਖਦੇ ਹਾਂ ਕਿ ਮਾਇਆ ਅਤੇ ਭਗਵਾਨ ਇਸ ਸੰਸਾਰ ਦੇ ਵਿੱਚ ਲੜੇ ਨੇ, ਅਸੀਂ ਉਹਨਾਂ ਨੂੰ ਵੱਖਰਾ ਕਰਕੇ ਭਗਵਾਨ ਦੇ ਲੜ ਲੱਗਣ ਦੀ ਕੋਸ਼ਿਸ਼ ਕਰਦੇ ਹਾਂ। ਉਹਨੂੰ ਇਹ ਗੱਲ ਸਮਝ ਆ ਗਈ, ਉਹ ਭਜਨ ਬਾਣੀ ਵਾਲੇ ਪਾਸੇ ਲੱਗ ਪਈ। ਆਉਂਦਿਆਂ ਹੀ ਜਿਸ ਵੇਲੇ ਅਗਲਾ ਦਿਨ ਹੋਇਆ ਕੋਈ ਗਾਹਕ ਆਇਆ, ਗਾਹਕ ਆਇਆ ਤਾਂ ਉਹਨੂੰ ਦੁੱਧ ਦਿੱਤਾ, ਦੁੱਧ ਵਿੱਚ ਪਾਣੀ ਨਾ ਪਾਇਆ। ਗੁੱਜਰ ਨੂੰ ਉਸਦੇ ਪਿਤਾ ਨੂੰ ਬਹੁਤ ਗੁੱਸਾ ਆਇਆ ਇਸ ਗੱਲ ਦਾ। ਉਹਨੇ ਫਿਰ ਇਸ਼ਾਰੇ ਨਾਲ ਉਹਨੂੰ ਸਮਝਾਇਆ ਕਿ ਤੂੰ ਇਹਦਾ ਭਾਂਡਾ ਚੰਗੀ ਤਰ੍ਹਾਂ ਧੋ ਕੇ ਲਿਆ ਸਾਫ ਹੈ। ਉਹਨੇ ਸੱਚੀ ਮੁੱਚੀ ਭਾਂਡਾ ਧੋ ਕੇ ਸਾਫ ਵੱਧ ਲੈ ਆਉਂਦਾ। ਉਹਨੇ ਆਖਿਆ ਚੰਗੀ ਤਰ੍ਹਾਂ ਇਹਨੂੰ ਮੂੰਹ ਸਾਫ ਕਰ, ਮਤਲਬ ਉਹ ਕੋਟ ਬਣਿਆ ਸੀ ਵੀ ਇਹਦੇ ਵਿੱਚ ਪਾਣੀ ਪਾ। ਉਹਨੇ ਉਹਨੂੰ ਕੱਪੜੇ ਨਾਲ ਸਾਫ ਕਰ ਦਿੱਤਾ, ਦੁੱਧ ਚੋ ਕੇ ਉਹਨੂੰ ਦੇ ਦਿੱਤਾ, ਗਾਹਕ ਨੂੰ ਭੇਜ ਦਿੱਤਾ। ਪਰ ਦੂਜੇ ਨੂੰ ਗੁੱਸਾ ਬਹੁਤ ਗੱਲ ਸੀ ਉਹਦੇ ਪਿਤਾ ਨੂੰ ਆਇਆ। ਉਸਨੇ ਉਹਨੂੰ ਰਾਤ ਨੂੰ ਫੜ ਕੇ ਬੰਨਿਆ, ਸਮੇਂ ਨਾਲ ਉਹਨੂੰ ਕੁੱਟਿਆ, ਉਹਨੂੰ ਮਾਰਦਾ ਕੁੱਟਦਾ, ਉਹ ਰੋਂਦੀ ਹੈ ਅਤੇ ਉਹਨੂੰ ਆਉਂਦਾ ਤੈਨੂੰ ਮੈਂ ਇਹੋ ਜਿਹੇ ਥਾਂ ਵਿਆਹਾਂਗਾ ਅਤੇ ਸਾਰੀ ਉਮਰ ਤੂੰ ਰੋਂਦੀ ਰਵੇਂ। ਉਸ ਸਮੇਂ 'ਚ ਰਾਜੇ ਰਾਤ ਨੂੰ ਬੀਜ ਯਾਤਰਾ ਕਰਦੇ ਸੀ, ਰਾਜੇ ਨੇ ਰੌਲਾ ਸੁਣ ਕੇ ਉਹਨੇ ਉਹ ਬੂਹੇ ਦੀ ਚੀਜ਼ ਥਾਣੀ, ਜਿਸ ਤਰ੍ਹਾਂ ਵੀ ਉਹਨੇ ਵੇਖਿਆ, ਸਾਰੀ ਗੱਲ ਸੁਣੀ ਵੇਖੀ। ਫਿਰ ਰਾਜਾ ਆਪਣੇ ਘਰ ਚਲਾ ਗਿਆ। ਅਗਲੇ ਦਿਨ ਗੁੱਜਰ ਨੂੰ ਫਿਰ ਉਸ ਲੜਕੀ ਨੂੰ ਤਿਆਰੀ 'ਚ ਬੁਲਾ ਲਿਆ, ਉਹਨੂੰ ਪੁੱਛਿਆ ਭਈ ਤੁਹਾਡਾ ਆਪਸ ਵਿੱਚ ਝਗੜਾ ਹੋਇਆ ਸੀ, ਕਈ ਹੋਇਆ ਸੀ? ਫਿਰ ਉਸ ਲੜਕੀ ਨੂੰ ਬੁਲਾਇਆ ਵੀ ਤੂੰ ਆਪਣੇ ਪਿਤਾ ਦੇ ਆਖੇ ਕਿਵੇਂ ਸੀ ਲੱਗਦੀ? ਉਹਨੇ ਆਖਿਆ ਜੀ ਇਹ ਝੂਠ ਬੁਲਾਉਣਾ ਚਾਹੁੰਦਾ ਸੀ, ਮੈਂ ਨਹੀਂ ਸੰਭੋਗ, ਇਹ ਦੁੱਧ ਪਾਣੀ ਬਦਲ ਪਵਾਉਣਾ ਚਾਹੁੰਦਾ ਸੀ, ਮੈਂ ਉਸ ਦੁੱਧ 'ਚ ਪਾਣੀ ਨਹੀਂ ਪਾ ਕੇ। ਉਹਨੇ ਆਖਿਆ ਫਿਰ ਉਹਨਾਂ ਨੇ ਗੁੱਜਰ ਨੂੰ ਆਖਿਆ ਵੀ ਤੂੰ ਇਹ ਦੱਸ ਤੂੰ ਇਹਨੂੰ ਕਿਉਂ ਮਾਰਦਾ ਸੀ ਇਸ ਗੱਲ ਤੋਂ, ਤੂੰ ਇਹਨੂੰ ਇਹ ਗੱਲਾਂ ਦੱਸਿਆ ਮੈਂ ਤੈਨੂੰ ਉੱਥੇ ਵਿਆਹਾਂਗਾ ਜਿੱਥੇ ਸਾਰੀ ਉਮਰ ਦੁਖੀ ਰਵੇਂ। ਹੁਣ ਅੱਜ ਤੋਂ ਇਹ ਤੇਰੀ ਲੜਕੀ ਨਹੀਂ ਮੇਰੀ ਲੜਕੀ ਹੈ। ਲੜਕੀ ਨੂੰ ਉਸਨੇ ਆਪਣੇ ਲੜਕੀ ਦੇ ਮਹਿਲਾਂ ਵਿੱਚ ਭੇਜ ਦਿੱਤਾ ਰਾਜੇ ਨੇ। ਕੁਝ ਸਮਾਂ ਬੀਤਿਆ, ਰਾਜੇ ਨੇ ਸੋਚਿਆ ਵੀ ਆਪਣੇ ਮਾਤਾ ਪਿਤਾ ਤੋਂ ਵੱਖਰੀ ਹੋ ਕੇ ਲੜਕੀ ਆਈ ਹੈ, ਉਦੋਂ ਪਤਾ ਤਾਂ ਲਾਉਣ। ਉਹਨੇ ਜਾ ਕੇ ਪਤਾ ਕੀਤਾ, ਉਹਨੇ ਆਖਿਆ ਬੀਬੀ ਤੈਨੂੰ ਕੀ ਚਾਹੀਦਾ ਦੱਸ? ਉਹਨੇ ਆਖਿਆ ਜੀ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਸਿਰਫ਼ ਉਹ ਸਾਧੂ ਚਾਹੀਦੇ ਨੇ ਜਿਹੜੇ ਇੰਨੀ ਸੁੰਦਰ ਕਥਾ ਕਰਦੇ ਸਨ, ਜਿਨ੍ਹਾਂ ਦੇ ਉਪਦੇਸ਼ ਨਾਲ ਮੇਰਾ ਜੀਵਨ ਬਦਲਿਆ, ਅਤੇ ਮੇਰਾ ਸਿਰਫ ਜੀਵਨ ਨਹੀਂ ਬਦਲਿਆ, ਮੇਰੇ 'ਤੇ ਇਹ ਕਿਰਪਾ ਹੋਈ ਹੈ ਕਿ ਮੈਂ ਗੁੱਜਰ ਦੀ ਲੜਕੀ ਤੋਂ ਹਟ ਕੇ ਅਤੇ ਉਹਨਾਂ ਦਾ ਸਤਸੰਗ ਸੁਣ ਕੇ ਕਰਕੇ ਅਤੇ ਮੈਂ ਰਾਜੇ ਦੀ ਲੜਕੀ ਬਣ ਗਈ। ਇਹਦੇ 'ਚ ਹੁਣ ਅਸਾਂ ਇਹ ਸੋਚਣਾ, ਜਦੋਂ ਸਾਡਾ ਮਨ ਕਿਸੇ ਪਾਸੇ ਜੁੜਦਾ ਤਾਂ ਫਿਰ ਉਹ ਜ਼ਰੂਰ ਆਖੇਗਾ ਮੈਨੂੰ ਕੀ ਸਤਸੰਗ ਦਾ ਮੈਨੂੰ ਕੀ ਫਾਇਦਾ ਆਇਆ, ਦੁੱਧ 'ਚ ਪਾਣੀ ਨਾ ਪਾਉਣ ਦਾ ਮੈਨੂੰ ਕੀ ਫਾਇਦਾ ਆਇਆ, ਮਾਂ ਪਿਓ ਤੋਂ ਵਿਛੜ ਕੇ ਮੈਂ ਉਹਦੇ ਘਰ ਤੁਰ ਗਈ। ਪਰ ਜਦੋਂ ਸਿੱਧੇ ਪਾਸੇ ਮਨ ਲੱਗਾ ਹੁੰਦਾ ਫਿਰ ਉਹਨੇ ਇਹ ਗੱਲ ਸਮਝੀ ਅਤੇ ਆਖੀ ਕਿ ਮੈਂ ਗੁੱਜਰ ਦੀ ਲੜਕੀ ਤੋਂ ਹਟ ਕੇ ਰਾਜੇ ਦੀ ਲੜਕੀ ਬਣ ਗਈ ਹਾਂ, ਮੈਨੂੰ ਉਹਨਾਂ ਦੀ ਸਤਸੰਗ ਕਰਾਓ ਜਿਨ੍ਹਾਂ ਨੇ ਮੇਰਾ ਜੀਵਨ ਦਾ ਪਲਟਾ ਦਵਾ ਦਿੱਤਾ। ਸੋ ਉਹਨਾਂ ਨੇ ਬੜੀ ਕਿਰਪਾ ਹੈ, ਤੁਸੀਂ ਇਸ ਦੇਸ਼ 'ਚ ਆ ਕੇ ਵੀ ਤੁਹਾਨੂੰ ਸਤਸੰਗ ਕਰਨ ਦਾ ਸਮਾਂ ਮਿਲਦਾ,
ਤੇ ਜਿੰਨੇ ਘਰ ਨੇ ਆਪਣੇ ਗਿਣ ਕੇ ਸਾਰੇ ਹਰ ਜੀਵ ਪ੍ਰਤੀ ਇੱਕ ਇੱਕ ਘੰਟਾ ਨਾਮ ਸਿਮਰਨ ਜ਼ਰੂਰ ਹੋਣਾ ਚਾਹੀਦਾ। ਜਿਹੜੇ ਛੋਟੇ ਬੱਚੇ ਨੇ ਜਿਹੜੇ ਨਹੀਂ ਕਰ ਸਕਦੇ, ਜਦੋਂ ਬੱਚਾ ਜਨਮ ਲੈ ਲਵੇ ਉਸ ਦਿਨ ਤੋਂ ਕਰਦੇ, ਉਹਦਾ ਇੱਕ ਘੰਟਾ ਪੂਰਾ ਕਰਨਾ ਸ਼ੁਰੂ ਕਰਦੇ। ਜਦੋਂ ਉਹ ਬੱਚਾ ਵੱਡਾ ਹੋ ਜਾਵੇ ਉਹ ਦੱਸੂ ਵੀ ਤੇਰੇ ਪਿਛਲੇ ਇੰਨੇ ਹੋ ਗਏ ਨੇ, ਹੁਣ ਤੂੰ ਆਪਣੇ ਅੱਜ ਤੋਂ ਥਾਂ। ਉਹਦੇ ਵਾਸਤੇ ਰੋਟੀ ਕੱਪੜਾ ਮਕਾਨ ਕੰਮ ਵਿਹਾਰ ਇਹ ਸਾਰਾ ਤੁਸੀਂ ਲੱਭ ਕੇ ਦਿੰਦੇ ਹੋ, ਇਸ ਪਾਸੇ ਕਿਉਂ ਨਹੀਂ ਲਾਉਂਦੇ? ਤਕੜੇ ਹੋਵੋ, ਇਸ ਪਾਸੇ ਬੱਚਿਆਂ ਨੂੰ ਲਾਓ। ਆਪ ਸਵੇਰੇ ਉੱਠੋ, ਸੂਰਜ ਚੜ੍ਹਨ ਤੋਂ ਪਹਿਲਾਂ ਜ਼ਰੂਰ ਉੱਠਿਆ ਕਰੋ। ਇਸ ਸੰਸਾਰ ਦੇ ਇਹੋ ਜਿਹੇ ਸਰੀਰ ਵੀ ਹਨ ਜਿਹੜੇ ਕਹਿੰਦੇ ਨੇ ਵੀ 8-8 ਘੰਟੇ ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ। 8 ਘੰਟੇ ਨਾ ਕਰੀਏ ਤਾਂ ਫਿਰ ਦਿਹਾੜੀ ਨਹੀਂ ਪੂਰੀ ਹੁੰਦੀ। ਇਹ ਸਾਰਾ ਕੰਮ ਕਰਕੇ ਵਿਹਾਰ ਕਰਕੇ ਵੀ 8 ਘੰਟੇ ਨਾਮ ਸਿਮਰਨ ਕਰਦੇ। ਪ੍ਰਹਲਾਦ ਨੂੰ ਕੀੜੀ ਤੁਰਦੀ ਸਮੇਂ ਤੇ ਵਿਖਾ ਦਿੱਤੀ ਸੀ ਤੇ ਉਹਨੇ ਸਮੇਂ ਨੂੰ ਜਾ ਕੇ ਜੱਫੀ ਪਾ ਲਈ ਸੀ। ਟਗਰਾਂ ਜੀ ਜਾਇਆ ਸੀ, ਸਾਨੂੰ ਏਡੇ ਏਡੇ ਬੰਦੇ ਨਾਮ ਸਿਮਰਨ ਦੇ ਦਿੱਤੇ ਨੇ, ਫਿਰ ਸਾਡੇ ਕੋਲ ਨਹੀਂ ਸਿਮਰਿਆ ਜਾਂਦਾ। ਕੀੜੀ ਦਾ ਤੇ ਬੰਦੇ ਦਾ ਬਹੁਤ ਫਰਕ ਹੈ। ਜਿੰਨਾ ਚਿਰ ਸਾਨੂੰ ਇਸ ਕੰਮ ਲਈ ਮਿਲਦਾ ਉਹ ਹੀ ਸਾਡੇ ਵਾਸਤੇ ਲਾਹੇ ਹੁੰਦਾ। ਸ਼ਰੀਰ ਜੀ ਨੇ ਲਿਖਿਆ ਇਹਦੇ ਵਾਸਤੇ ਇੱਕ ਦਿਹਾੜਾ ਧੰਨਵਾੜੀ ਸਾਹੇ ਲਏ ਲਿਖਾਏ, ਮਲਕ ਦੇ ਕੰਨੀ ਸੁਣੀ ਦਾ ਮੋਹ ਦੇ ਖਾਲਾ ਆਏ, ਜਿੰਦ ਨਿਮਾਣੀ ਕੱਢੀ ਹੈ ਅੱਡਾ ਕੀ ਪਰਦਾਏ, ਜਿੰਦ ਵੋਟੀ ਮਰਨ ਵਰ ਲੈ ਜਾਤੀ ਬਰਨ ਆਏ। ਪਤਾ ਨਹੀਂ ਸਮਾਂ ਕਿਹੜੇ ਵੇਲੇ ਆਉਣਾ, ਕਿਰਪਾ ਕਰੇ ਇਸ ਦਾ ਸਾਨੂੰ ਦੁੱਖ ਨਾ ਹੋਵੇ। ਇਹਨਾਂ ਦੀ ਸਾਡੀ ਕਿਰਪਾ ਕਰ। ਇਸ ਵੇਲੇ ਅਸੀਂ ਆਪਣੇ ਗ੍ਰੰਥ ਉਹਨਾਂ ਗ੍ਰੰਥਾਂ ਦੀ ਸੰਗਤ ਕਰੋ ਜਿਹਨਾਂ ਨਾਲ ਸਾਨੂੰ ਨਾਮ ਸਿਮਰਨ ਵਾਲੇ ਪਾਸੇ ਸਾਡਾ ਮਨ ਲੱਗੇ। ਉਹਨਾਂ ਬੰਦਿਆਂ ਦੀ ਸੰਗਤ ਕਰੋ ਜਿਹਨਾਂ ਦੇ ਸੰਗਤ ਕਰਨ ਨਾਲ ਅਸੀਂ ਨਾਮ ਜਪ ਸਕੀਏ। ਪਰ ਐਸੀ ਗੱਲ ਬਣ ਗਈ ਹੈ ਕਿ ਜੇ ਅਮਰੀਕਾ ਵਾਲੇ ਆਖਣ ਤੋਂ ਉਹ ਗੱਲ ਮੰਨ ਜਾਂਦੀ ਹੈ, ਅਸੀਂ ਆਪਣੇ ਦੇਸ਼ ਵਾਸੀ ਇਹ ਗੱਲ ਆਖਣ ਨੂੰ ਸਾਡੇ ਮਨ 'ਚ ਨਹੀਂ ਆਉਂਦੀ। ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੇ ਤੁਹਾਨੂੰ ਪਤਾ ਹੈ, ਜਿਹੜੀ ਇੱਕ DDT ਜ਼ਹਿਰ ਛਿੜਕਦੇ ਹੁੰਦੇ ਸਨ ਉਹ ਅਮਰੀਕਾ ਵਾਲਿਆਂ ਨੇ ਸ਼ੁਰੂ ਕੀਤੀ, ਅਤੇ ਅਮਰੀਕਾ ਵਾਲਿਆਂ ਨੇ ਜਿਸ ਵੇਲੇ ਬੰਦ ਕਰ ਦਿੱਤੀ ਅਤੇ ਉਸ ਤੋਂ ਬਾਅਦ ਸਾਡਿਆਂ ਨੇ ਆਪਣਾ ਸ਼ੁਰੂ ਕੀਤਾ ਵੀ ਇਹ ਮਾੜੀ ਚੀਜ਼ ਹੈ। ਇਸੇ ਤਰ੍ਹਾਂ ਹੀ ਐਸਾ ਇੱਕ ਵੀ ਮਾਰਚ ਦੇ ਹਿੰਦੁਸਤਾਨ ਟਾਈਮਸ ਵਿੱਚ ਲੇਖ ਪੜ੍ਹਿਆ, ਇੱਕ ਲਿਖਿਆ ਛੋਟਾ ਜਿਹਾ ਕਿਸੇ ਨੇ, ਡਾਕਟਰ ਬਲਜੀਤ ਸਿੰਘ ਉਹਨਾਂ ਦਾ ਨਾਂ ਹੈ। ਉਹ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਜਾਂ ਇਹੋ ਜਿਹੇ ਕਿਸੇ ਅਹੁਦੇ 'ਤੇ ਹੈਗੇ ਨੇ। ਮੈਨੂੰ ਸ਼ਬਦ ਪੂਰੇ ਦਿਨ ਯਾਦ, ਜਿਹੜਾ ਹੈਡਿੰਗ ਉਹਦਾ ਅੰਗਰੇਜ਼ੀ ਵਿੱਚ ਈਵਨ ਡੈਡ ਕੈਨ ਸਪੀਕ, ਅਜਿਹਾ ਸ਼ਬਦ ਹੈ ਉਹਦਾ ਹੈਡਿੰਗ ਜਿਹੜਾ। ਇਹੋ ਹੀ ਸ਼ਬਦ ਨੇ ਅਤੇ ਉਹ ਥੱਲੇ ਉਹਨਾਂ ਨੇ ਲਿਖਿਆ ਕਿ ਮੇਰਾ ਲੜਕਾ ਚੜ੍ਹਾਈ ਕਰ ਗਿਆ, ਮੇਰਾ ਬਹੁਤ ਜੀ ਕੀਤਾ ਵੀ ਲੜਕਾ ਮਰ ਕੇ ਗਿਆ ਕਿੱਥੇ ਹੈ। ਮੈਂ ਜਿਹੜੀ ਤੁਹਾਨੂੰ ਗੱਲ ਦੱਸ ਰਿਹਾ, ਜਦੋਂ ਆਦਮੀ ਕਿਤੇ ਪਿੱਛੇ ਪੈ ਜਾਂਦਾ ਕਿਸੇ ਚੀਜ਼ ਦੇ, ਤੁਹਾਨੂੰ ਪਤਾ ਇੱਥੇ ਤੁਸੀਂ ਆਉਂਦੇ ਹੋ ਅਤੇ ਬਗੈਰ ਪਾਸਪੋਰਟ ਤੋਂ ਵੀ ਆ ਕੇ ਕੋਸ਼ਿਸ਼ ਕਰਦੇ ਹੋ, ਪਾਸਪੋਰਟ ਗੁਮਾ ਕੇ ਵੀ ਆਉਣ ਦੀ ਕੋਸ਼ਿਸ਼ ਕਰਦੇ ਹੋ, ਫੜੇ ਵੀ ਜਾਂਦੇ ਨੇ, ਕਈ ਕੁਛ ਹੁੰਦਾ, ਪਰ ਆਦਮੀ ਫਿਰ ਉਹ ਕੋਸ਼ਿਸ਼ ਕਰਦਾ ਕਿ ਮੈਂ ਇੱਥੇ ਜ਼ਰੂਰ ਪਹੁੰਚਾ ਕੇ ਲੱਗ ਜਾਂਦਾ। ਉਹਨੇ ਅਮਰੀਕਾ ਦਾ ਲਿਟਰੇਚਰ ਪੜ੍ਹਿਆ ਸੀ ਕਿ ਇਸ ਢੰਗ ਨਾਲ ਜਿਹੜਾ ਸਰੀਰ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਹਨੂੰ ਵੀ ਮਿਲਿਆ ਜਾ ਸਕਦਾ।
ਉਹ ਕਹਿੰਦਾ ਮੈਂ 3 ਮਹੀਨੇ ਉਸ ਗੱਲ ਤੇ ਅਭਿਆਸ ਕੀਤਾ ਤੇ ਮੈਨੂੰ ਮੇਰਾ ਲੜਕਾ ਜਿਹੜਾ ਸੀ ਉਹ ਮਿਲ ਗਿਆ। ਉਹ ਮੈਨੂੰ ਰੋਜ਼ ਮਿਲਦਾ ਸੀ ਤੇ ਮੇਰੇ ਨਾਲ ਗੱਲਾਂ ਕਰਦਾ ਸੀ। ਗੱਲਾਂ ਕਰਦਿਆਂ ਕਰਦਿਆਂ ਕੁਛ ਸਮਾਂ ਜੋ ਥੋੜ੍ਹੇ ਬੀਤਿਆ, ਮੇਰਾ ਖਿਆਲ 3 ਸਾਲ ਲਿਖਿਆ ਉਹਨੇ, ਤਿੰਨਾਂ ਸਾਲਾਂ ਬਾਅਦ ਉਸ ਲੜਕੇ ਨੇ ਆਖਿਆ ਵੀ ਪਿਤਾ ਜੀ ਮੈਨੂੰ ਬੁਲਾਉਣਾ, ਮੈਂ ਤੁਹਾਨੂੰ ਮਿਲਣਾ। ਮੈਂ ਕਿਹਾ ਕੀ ਗੱਲ? ਮੈਂ ਆਖਿਆ ਪਿਛਲੇ ਜਨਮ 'ਚ ਮੈਂ ਤੁਹਾਡਾ ਭਰਾ ਸਾਂ ਅਤੇ ਹੁਣ ਮੈਂ ਫਿਰ ਜਨਮ ਲੈਣਾ ਤੁਹਾਡੇ ਪੁਰਾਣੇ ਲੜਕੇ ਦੇ ਘਰ, ਤੁਹਾਡਾ ਪੋਤਰਾ ਹੋ ਕੇ ਜਨਮ ਲੈਣਾ, ਇਸ ਵਾਸਤੇ ਤੁਹਾਨੂੰ ਮੈਂ ਨਹੀਂ ਮਿਲਣਾ। ਇਸ ਤਰ੍ਹਾਂ ਹੀ ਹੋਇਆ। ਪਰ ਤੁਹਾਨੂੰ ਪਤਾ ਚੰਦਰਮਾ ਦੇ ਉੱਤੇ ਬੰਦਾ ਪਹੁੰਚਿਆ ਅਤੇ ਉਹਨਾਂ ਨੇ ਤਾਂ ਪਤਾ ਨਹੀਂ ਕੀ ਆਖਿਆ ਕੀ ਨਹੀਂ ਆਖਿਆ। ਸਾਡੇ ਧਰਮ ਦੇ ਜਗਤ ਵਿੱਚ ਇਹੋ ਜਿਹੀਆਂ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਵੀ ਉਹ ਜੀ ਧਰਮ ਦੀ ਕਾਰੀ ਗੱਲ ਹੈ, ਉੱਥੇ ਆਉਂਦੇ ਚੰਦਰ ਲੋਕ ਅਤੇ ਆਹ ਕੁਛ ਹੈ, ਆਹ ਕੁਛ, ਉੱਥੇ ਕੁਛ ਵੀ ਨਹੀਂ ਆਇਆ, ਮਿੱਟੀ ਆ, ਉੱਥੇ ਪੁਰਾਣੇ ਉਹ ਲੈ ਕੇ ਆਏ ਨੇ, ਦੱਸੋ ਕਿਹੜੀ ਚੀਜ਼ ਹੈ ਜਾਂਦੇ ਨੇ ਵਾਸਤੇ ਆਹ ਕੁਛ। ਪਰ ਉਸ ਡਾਕਟਰ ਬਲਵੀਰ ਸਿੰਘ ਨੇ ਲਿਖਿਆ ਪੂਰੀ ਹੁਣ ਮੰਨੀ ਜਾਣੀ ਗੱਲ, ਕਿਉਂਕਿ ਉਹਨੇ ਅਮਰੀਕਾ ਦਾ ਲਿਟਰੇਚਰ ਪੜ੍ਹ ਕੇ ਲਿਖੀ, ਇਸ ਵਾਸਤੇ ਉਹਦੀ ਮੰਨ ਹੀ ਲੈਣੀ ਹੈ। ਉਹ ਲੜਕਾ ਰਹਿੰਦਾ ਕਿੱਥੇ ਸੀ? ਉਹਨੇ ਲਿਖਿਆ ਕਿ ਉਹ ਜੁਪੀਟਰ ਕੋਈ ਗ੍ਰਹਿ ਹੈਗਾ, ਉਹਦੇ ਉੱਤੇ ਉਹ ਲੜਕਾ ਰਹਿੰਦਾ ਸੀ। ਉਹ ਇਕੱਲਾ ਹੀ ਨਹੀਂ ਸੀ ਰਹਿੰਦਾ, ਉਹਦੇ ਜਿੰਨੇ ਕੋਈ ਵੱਡੇ ਬਜ਼ੁਰਗ ਹੋਰ ਪਹਿਲਾਂ ਚੜ੍ਹਾਈ ਕੀਤੇ ਸੀ, ਕਹਿੰਦਾ ਸੀ ਮੇਰੇ ਜਾਂਦੇ ਨੂੰ ਉਹ ਉਡੀਕਦੇ ਸਨ ਉੱਥੇ ਬੈਠੇ। ਹੁਣ ਅਸੀਂ ਕੋਈ ਆਖੀ ਪੁਰਾਣੇ ਸਿਤਾਰੇ 'ਤੇ ਕੋਈ ਬੰਦਾ ਰਹਿੰਦਾ ਤਾਂ ਕਹਿੰਦੇ ਧਰਮ ਵਾਲੇ ਆ ਇਹ ਗੱਲਾਂ ਮਾਰਦੇ, ਕਿਉਂਕਿ ਉਹ ਅਮਰੀਕਾ ਦਾ ਲਿਟਰੇਚਰ ਪੜ੍ਹਿਆ ਉਸਨੇ ਅਤੇ ਉਹਨੇ ਜਿਹੜੀ ਗੱਲ ਲਿਖੀ ਉਹ ਤਾਂ ਮੰਨ ਹੀ ਲੈਣੀ ਹੈ। ਉਸਨੇ ਅਭਿਆਸ ਕੀਤਾ ਇਸ ਗੱਲ ਦਾ, ਅਭਿਆਸ ਕਰਕੇ ਉਸਨੇ ਆਪਣੇ ਉਸ ਮਰੇ ਹੋਏ ਲੜਕੇ ਨੂੰ ਵੀ ਮਿਲਿਆ। ਅਤੇ ਉਹ ਕਹਿੰਦੇ ਮਰਨ ਤੋਂ ਬਾਅਦ ਵੀ ਜ਼ਿੰਦਗੀ ਹੈਗੀ ਹੈ, ਕਿਸ ਤਰ੍ਹਾਂ ਦੀ ਹੁੰਦੀ ਹੈ ਉਹਦੇ ਸਭ ਨੂੰ ਦੂਰ ਹੈ, ਜਿਸ ਤਰ੍ਹਾਂ ਦੀ ਕਿਸੇ ਦੀ ਹੁੰਦੀ ਹੈ। ਜੇ ਅਸੀਂ ਅਭਿਆਸ ਕਰੀਏ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਜਾਂ ਆਤਮ ਮੰਡਲ ਵਿੱਚ ਜਾਣ ਦਾ, ਤਾਂ ਕੀ ਵਜ੍ਹਾ ਅਸੀਂ ਨਾ ਪਹੁੰਚ ਸਕਦੇ? ਪਰ ਉਸ ਤਰ੍ਹਾਂ ਕੀਤਾ ਜਾਵੇ ਜਿਸ ਤਰ੍ਹਾਂ ਉਹਨੇ ਆਪਣੇ ਲੜਕੇ ਵਾਸਤੇ ਕੀਤਾ। ਫਿਰ ਉਹਨੇ ਆਖਿਆ ਕਿ ਜੇ ਕਿਸੇ ਨੂੰ ਲੋੜ ਜ਼ਰੂਰਤ ਹੋਵੇ, ਇਹ ਕੋਈ ਔਖਾ ਕੰਮ ਨਹੀਂ ਕਰ ਸਕਦਾ, ਆ ਵੀ ਮੈਂ ਦੱਸ ਸਕਦਾ ਇਸ ਤਰ੍ਹਾਂ ਕਰਦਾ। ਪਰ ਕਹਿੰਦਾ ਆਪਣੇ ਨੇੜੇ ਦਾ ਰਿਸ਼ਤੇਦਾਰ ਹੋਵੇ, ਮੇਰਾ ਮਤਲਬ ਮੈਂ ਇਸ ਸਮੇਂ ਦਾ ਮਤਲਬ ਇਹ ਸਮਝਿਆ ਵੀ ਉਹਦੇ ਨਾਲ ਸਨੇਹ ਬਹੁਤਾ ਜਾਗਦਾ, ਉਹਦੇ ਨਾਲ ਪਿਆਰ ਬਹੁਤਾ ਲੱਗਦਾ, ਜਿਸ ਨਾਲ ਬਹੁਤਾ ਪਿਆਰ ਲੱਗਦਾ ਉਹ ਜ਼ਰੂਰ ਮਿਲਦਾ ਹੀ। ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਦੱਸਿਆ, ਮੇਰਾ ਡਰਾਈਵਰ ਹੈ ਗੁਰਮੁਖ ਸਿੰਘ, ਉਹ 9-10 ਸਾਲ ਦੀ ਉਮਰ ਦਾ ਸੀ, ਅਲੱਗ ਨਹੀਂ ਗੁਰੂਆਂ ਚਾਰਦਾ ਸੀ, ਉੱਥੇ ਰੋਜ਼ ਸਤਸੰਗ ਹੁੰਦਾ ਸੀ ਅਤੇ ਕਿਸੇ ਨੇ ਆਖਣਾ ਮੈਨੂੰ ਗੁਰੂ ਨਾਨਕ ਦਾ ਦਰਸ਼ਨ ਹੋਇਆ, ਕਿਸੇ ਨੇ ਕਿਸੇ ਗੁਰੂ ਦਾ, ਕਿਸੇ ਨੇ ਗੁਰੂ ਰਾਮ ਸਿੰਘ ਦਾ, ਕਿਸੇ ਨੇ ਗੁਰੂ ਪ੍ਰਤਾਪ ਸਿੰਘ ਦਾ ਆਖਣਾ ਦਰਸ਼ਨ ਹੋਇਆ। ਉਹਨੇ ਆਖਿਆ ਸਾਂਝੀ ਮੈਨੂੰ ਦਰਸ਼ਨ ਹੋ ਸਕਦਾ? ਮੈਂ ਕਿਹਾ ਹਾਂ ਤੈਨੂੰ ਵੀ ਹੋ ਸਕਦਾ, ਤੁਸੀਂ ਇੱਥੇ ਬੈਠ ਕੇ ਕਰ ਅਤੇ ਅਰਦਾਸ ਕਰ ਸਤਿਗੁਰਾਂ ਨੂੰ ਕਰਨਾ, ਪਰ ਬੋਲੀ ਨਾ। ਮੈਨੂੰ ਹੁਣ ਯਾਦ ਨਹੀਂ 2-4 ਮਿੰਟ ਜਾਂ 3 ਮਿੰਟ ਕਿੰਨਾ ਚਿਰ ਉਸਨੇ ਬੈਠ ਕੇ ਸਤਿਗੁਰਾਂ ਦਾ ਧਿਆਨ ਕੀਤਾ। ਸੰਤਾਂ ਨੇ ਦੱਸਿਆ ਸੀ ਉਹਦੇ ਮੁਤਾਬਕ ਕਹਿੰਦਾ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਮੇਰੇ ਸਾਹਮਣੇ ਆ ਕੇ ਖੜੋ ਗਏ। ਸਤਿਗੁਰਾਂ ਦਾ ਦੌਰਾ ਸੀ ਕਿਸੇ ਹੋਰ ਇਲਾਕੇ, ਜੀਵਨ ਨਗਰ ਦੇ ਇਲਾਕੇ 'ਚ ਸੱਚੇ ਪਾਤਸ਼ਾਹ ਨਹੀਂ ਸਨ, ਇਹ ਗੱਲ ਜੀਵਨ ਨਗਰ ਦੀ, ਸੰਤ ਨਗਰ ਦੀ, ਜੀਵਨ ਨਗਰ ਦੇ ਇਲਾਕੇ ਦੀ। ਉਹ ਇਹ ਚੇਤਾ ਭੁੱਲ ਗਿਆ ਵੀ ਮੈਂ ਬੋਲਣਾ ਨਹੀਂ, ਕਹਿੰਦਾ ਸਮਝੀ ਸੱਚੇ ਪਾਤਸ਼ਾਹ ਆ ਗਏ, ਬਸ ਇੰਨੀ ਗੱਲ ਆਖਣੀ ਦੇ ਰਹੇ ਸੱਚੇ ਪਾਤਸ਼ਾਹ ਦਾ ਰੂਪ ਅਲੋਪ ਹੋ ਗਿਆ। ਅਤੇ ਮੈਂ ਫਿਰ ਤੁਹਾਨੂੰ ਇਹ ਆਖਣਾ ਵੀ ਆਪਾਂ ਇਹ ਕੋਸ਼ਿਸ਼ ਕਰੀਏ ਕਿ ਸਾਡਾ ਮਨ ਇਸ ਪਾਸੇ ਲੱਗੇ ਤਾਂ ਕਿ ਸਾਡੀ ਜੀਵਨ ਯਾਤਰਾ ਸਫਲ ਹੋਵੇ। ਕੰਮ ਕਰੋ, ਵਿਹਾਰ ਕਰੋ, ਜੋ ਮਰਜ਼ੀ ਕਰੋ, ਪਰ ਇਸ ਪਾਸੇ ਜਿਹੜਾ ਮਨ ਦਾ ਸੁਭਾਅ ਹੈ ਉਹ ਨੀਵੇਂ ਪਾਸੇ ਨੂੰ ਬੜਾ ਛੇਤੀ ਜਾਂਦਾ, ਬੁਰੀਆਂ ਗੱਲਾਂ ਨੂੰ ਬੜੀ ਛੇਤੀ ਪ੍ਰਵਾਨ ਕਰਦਾ, ਉਹ ਸਾਡੇ 'ਚ ਆਉਂਦੀਆਂ ਰਹਿੰਦੀਆਂ। ਮਿੱਟੀ ਉੱਡਦੀ ਹੈ, ਚਿੱਕੜ ਉੱਡਦਾ ਸਾਡੇ ਕੱਪੜਿਆਂ 'ਤੇ ਪੈਂਦਾ ਰਹਿੰਦਾ, ਪਰ ਜੇ ਉਸਨੂੰ ਧੋਈਏ ਹੀ ਨਾ ਕਦੇ ਤਾਂ ਫਿਰ ਉਹ ਕਿੰਨੇ ਚਿਰ ਵਾਸਤੇ ਕਿੰਨਾ ਖਰਾਬ ਹੋ ਜਾਂਦਾ। ਸੋ ਇਸ ਵਾਸਤੇ ਜੇ ਅਸੀਂ ਰੋਜ਼ ਦੇ 10 ਰੁਪਏ ਖਰਚ ਕਰਦੇ ਹਾਂ, ਭਈਆ ਇੱਕ ਨਹੀਂ ਕਮਾਉਂਦੇ, ਜੇ ਅਸੀਂ 10 ਖਰਚ ਕਰਕੇ 12 ਕਮਾ ਲਈਏ ਬਹੁਤ ਵਧੀਆ ਗੱਲ ਹੈ, ਪਰ ਜੇ ਅਸੀਂ 10 ਖਰਚ ਕਰਕੇ 5 ਵੀ ਕਮਾ ਲਈਏ ਤਾਂ ਸਾਡੇ ਇਹ ਸਮਝ ਲਓ 5 ਘੱਟ ਗਏ ਜਦੋਂ ਖਰਚੇ ਵਾਲੇ ਪਾਸੇ। ਪਰ ਇਸ ਪਾਸੇ ਮਨ ਨਹੀਂ ਲੱਗਦਾ, ਤਗੜੇ ਹੋ ਕੇ ਕੋਸ਼ਿਸ਼ ਕਰੋ ਤਾਂ ਕਿ ਇਸ ਜੀਵਨ ਯਾਤਰਾ ਨੂੰ ਸਤਿਗੁਰਾਂ ਦੇ ਹੁਕਮ ਵਿੱਚ ਅਸੀਂ ਸਫਲ ਕਰਕੇ ਜਦੋਂ ਸਾਡੀ ਵਾਰੀ ਆਵੇ ਅਸੀਂ ਆਸਾਨੀ ਨਾਲ ਜਾ ਸਕੀਏ ਸਤਿਗੁਰਾਂ ਦੇ ਚਰਨਾਂ ਵਿੱਚ, ਇਹ ਦੁੱਖ ਸੰਸਾਰ ਦੇ ਵਿੱਚੋਂ ਆਉਣਾ ਜਾਣਾ ਸਾਡਾ ਮੁੱਕ ਜਾਵੇ।
ਇਹਦੇ ਵਾਸਤੇ ਉਦਮ ਕਰਾਂ, ਉਦਮ ਕਰਾਂ, ਵੜ ਪਾ ਗਈ ਹੋ ਸਿਮਰਾ ਹਰ ਹਰ ਰਾਏ। ਮੈਂ ਦੱਸਦੇ ਨੇ ਕਿ ਕਰੇ ਕਿੰਨੇ ਸਾਲਾਂ ਬਾਅਦ ਮੈਂ ਇੱਥੇ ਆਇਆ, ਮੈਨੂੰ ਯਾਦ ਨਹੀਂ। 3 ਸਾਲ ਬਾਅਦ ਸਾਧਸੰਗਤ ਬਹੁਤ ਕਿਰਪਾ ਕਰਦੀ ਹੈ, ਮੈਰਿਜ ਲਾਇਕ ਨਹੀਂ ਆ। ਸਾਧਸੰਗਤ ਇੰਨੀ ਕਿਰਪਾ ਕਰਦੀ ਹੈ, ਇੰਨਾ ਯਾਦ ਕਰਦੀ ਹੈ, ਇੰਨਾ ਕੁਛ ਖਰਚ ਕਰਕੇ ਕਰਾਇਆ ਸਾਰਾ ਕੁਛ। ਅਤੇ ਮੈਂ ਇਹ ਵੀ ਅਰਜ਼ ਕਰਦੇ ਹਾਂ ਵੀ ਐਤਕੀ ਇਹ ਸਾਨੂੰ ਮਾਇਲ ਜੀ ਸੀ, ਪਰਸੋਂ ਆਏ ਸਨ, ਪਰਸੋਂ ਦੁਪਹਿਰ ਤੱਕ ਵੀ ਸਾਨੂੰ ਕੋਈ ਮਾਇਲ ਨਹੀਂ ਸੀ ਵੀ ਅਸੀਂ ਉੱਥੋਂ ਕੱਲ੍ਹ ਆਏ ਸਨ ਅਤੇ ਪਰਸੋਂ ਦੁਪਹਿਰ ਤੱਕ ਕੋਈ ਮਾਇਲ ਨਹੀਂ ਸੀ ਵੀ ਅਸੀਂ ਇਸ ਦਿਨ ਆ ਸਕਾਂਗੇ। ਅਤੇ ਮੈਂ ਸਿਰਫ ਇਸ ਵਾਸਤੇ ਦੱਸ ਰਿਹਾ ਵੀ ਇਹਦਾ ਤੁਹਾਨੂੰ ਨਹੀਂ ਪਤਾ ਦਿੱਤਾ ਗਿਆ, ਉਹਦੇ ਕਈ ਕਾਰਨ ਨੇ, ਉਹਨਾਂ 'ਚੋਂ ਇੱਕ ਇਹ ਵੀ ਹੈ ਕਿ ਸਾਨੂੰ ਫਿਰ ਬਿਲਕੁਲ ਪਤਾ ਨਹੀਂ ਸੀ। ਉਹਨਾਂ ਨੇ ਫਿਰ ਪਾਸਪੋਰਟ ਭੇਜੇ ਵੀਜ਼ਾ ਲੱਗਣ ਵਾਸਤੇ, ਉਹਨਾਂ ਨੇ ਆਖਿਆ ਜੀ ਅਗਲੇ ਮਹੀਨੇ ਦੀ 24 ਤਾਰੀਖ ਨੂੰ ਆਇਓ, ਫਿਰ ਸਾਡੇ ਨਾਲ ਕਰਿਓ। ਅਤੇ ਅਸੀਂ ਕਿਸੇ ਨਾਲ ਸੋਚ ਸਕਦੇ ਹਾਂ ਕੱਲ੍ਹ ਨੂੰ ਜਾਣੇ ਚੜ੍ਹ ਜਾਵਾਂਗੇ। ਫਿਰ ਸਗੋਂ ਕਿਰਪਾ ਕੀਤੀ, ਹਸਪਤਾਲ ਜੀ ਗਏ ਉੱਥੇ, ਉਹਨਾਂ ਨੇ ਜਾ ਕੇ ਕੋਈ ਨਵੀਂ ਆਖਿਆ ਅਤੇ ਕਾਫ਼ੀ ਸਖਤੀ ਹੈ ਅੱਜ ਕੱਲ੍ਹ ਸਮਝ, ਅਤੇ ਉਹ ਮੰਨ ਗਏ ਅਤੇ ਇਹ ਕੰਮ ਹੋ ਗਿਆ। ਪਰ ਉਹ ਕੰਮ ਇੱਡੀ ਛੇਤੀ ਹੋ ਗਿਆ ਅਤੇ ਸਾਨੂੰ ਹਵਾਈ ਜਹਾਜ਼ ਦੀਆਂ ਸਾਰਿਆਂ ਨੂੰ ਸੀਟਾਂ ਵੀ ਮਿਲ ਸਕੀਆਂ, ਰਾਗੀ ਅਤੇ ਕਾਕੇ ਵੱਡੇ ਨੇ ਵੀ ਜ਼ਿਆਦਾ ਆਉਣਾ, ਉਹ ਸਾਰੇ ਪਤਾ ਨਹੀਂ ਕੱਲ੍ਹ ਨੂੰ ਆਉਂਦੇ ਨੇ, ਪਰਸੋਂ ਨੂੰ ਆਉਂਦੇ ਨੇ, ਅੱਜ ਪਤਾ। ਸਾਡੀਆਂ ਸੀਟਾਂ ਵੀ ਜਿਹੜੀਆਂ ਸੀ ਉਹ ਇਹਨਾਂ ਨੇ ਹਸਪਤਾਲ ਜੀ ਨੇ ਬੜੀ ਸਿਫਾਰਿਸ਼ ਨਾਲ ਆਖ ਉੱਖ ਕੇ ਲਈਆਂ ਨੇ, ਤਾਂ ਮਿਲੀਆਂ ਨੇ। ਅੱਜ ਕੱਲ੍ਹ ਬਹੁਤ ਰਸ਼ ਹੈਗਾ, ਜਿਹੜੇ ਜਾਂਦੇ ਉਹਦੇ ਨੂੰ ਉਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਸੀਟਾਂ ਮਿਲਦੀਆਂ। ਸੋ ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਕਿ ਪ੍ਰਬੰਧਕਾਂ ਨਾਲ ਗੁੱਸੇ ਨਾ ਹੋਏ ਤੁਸੀਂ, ਅਤੇ ਇਹਨਾਂ ਨੂੰ ਤੁਸੀਂ ਮਾਫ਼ ਕਰ ਦਿਆ ਜੀ, ਕਿਉਂਕਿ ਇੱਕ ਸੂਰ ਇਹਨਾਂ ਦਾ ਨਹੀਂ ਆਇਆ, ਕਈ ਕਾਰਨ ਨੇ ਜਿਸ ਕਰਕੇ ਇਸ ਤਰ੍ਹਾਂ ਆਇਆ। ਜਦੋਂ ਮੈਂ ਪਹਿਲੀ ਵਾਰੀ ਆਇਆ ਤਾਂ ਉਦੋਂ ਮੈਨੂੰ ਪਤਾ ਵੀ ਕਰਮ ਸਿੰਘ ਭਵਰੇ ਦੀ ਵਾਹਵਾ ਗੱਲ ਬਣੀ ਸੀ, ਅਤੇ ਮੈਨੂੰ ਉਹ ਡਰ ਹੁੰਦਾ ਸੀ ਉਸ ਗੱਲ ਤੋਂ। ਮੈਂ ਤਾਂ ਆਖਿਆ ਵੀ ਇੱਥੇ ਥੋੜ੍ਹਾ ਜਿਹਾ ਇਸ ਕਰਕੇ ਵਿਚਾਰ ਕਰ ਲਿਆ। ਗੁੱਸਾ ਤਾਂ ਆਦਮੀ ਨੂੰ ਆ ਹੀ ਜਾਂਦਾ, ਇੱਕ ਬ੍ਰਹਮਾ ਜੀ ਦੇ ਜਿਹੜੇ ਲੜਕੇ ਨੇ ਸੰਤ ਸੁਨੰਦਨ, ਸੰਤ ਕੁਮਾਰ ਆਦਿ, ਉਹ ਬੈਠੇ ਅਤੇ ਵਿਚਾਰ ਹੋ ਰਹੇ ਸੀ ਵੀ ਇਹ ਜਿਹੜੇ 5 ਤੱਤ ਨੇ ਇਹਨਾਂ ਵਿੱਚ ਗੁੱਸਾ ਆਉਣਾ ਜਿਹੜਾ ਇਹ ਜ਼ਰੂਰੀ ਹੈ, ਆ ਜਾਂਦਾ। ਪਰ ਜਿਹੜੇ ਵਿਚਾਰਵਾਨ ਆਦਮੀ ਨੇ ਉਹ ਉਸ ਵੇਲੇ ਵਿਚਾਰ ਤੋਂ ਕੰਮ ਲੈਂਦੇ ਨੇ ਅਤੇ ਫਿਰ ਇਹ ਗੁੱਸੇ ਤੋਂ ਬਚ ਜਾਂਦੇ। ਇੰਦਰ ਇਹ ਸਾਰੀ ਗੱਲ ਸੁਣਦਾ ਸੀ, ਇੰਦਰ ਨੇ ਆਖਿਆ ਮੈਂ ਵੇਖਣ ਲਈ ਕੀ ਕਰਦੇ। ਉਸਨੇ ਇੱਕ ਅੰਬ ਦਾ ਫਲ ਜਿਹੜਾ ਖਿਆਲ ਲਿਖਿਆ ਉੱਥੇ ਉਹ ਲਿਆਂਦਾ, ਲਿਆ ਕੇ ਉਹਨਾਂ ਚੋਹਾਂ ਦੇ ਵਿੱਚ ਰੱਖ ਕੇ ਬਥੇਰੇ ਦਿੱਤਾ, ਜਾਂ 4 ਅੰਬ ਲਿਆਂਦੇ ਮੱਥਾ ਟੇਕ ਦਿੱਤੇ, ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ। ਅਤੇ ਜਿਸ ਵੇਲੇ ਉਹ ਸਮਾਧੀ ਲੀਨ ਹੋ ਗਏ, ਇੱਕ ਚੁੱਕ ਲਿਆ, ਫਿਰ ਸਾਂਭੇ ਹੋ ਗਿਆ, ਉਹਲੇ ਹੋ ਗਿਆ। ਜਿਸ ਵੇਲੇ ਉਹ ਸਮਾਧੀ ਬਰਾਮ ਹੋਏ ਅਤੇ ਫਿਰ ਉਹਨਾਂ ਨੂੰ ਗੁੱਸਾ ਆਇਆ, ਉਹਨਾਂ ਨੇ ਆਖਿਆ ਵੀ ਸਾਡਾ ਕੌਣ ਲੈ ਗਿਆ ਚੁੱਕ ਕੇ, ਫਲ ਕੌਣ ਲੈ ਗਿਆ, ਜੇ ਨਾ ਸਾਹਮਣੇ ਆਏਗਾ ਸਾਫ ਦੇ ਦੇਵੇਗਾ। ਉਹ ਡਰਦਾ ਸਾਹਮਣੇ ਆ ਗਿਆ, ਉਹਨੇ ਦੱਸ ਦੀ ਸਾਡੀ ਗੱਲ, ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਗੁੱਸਾ, ਉਹਨਾਂ ਆਖਿਆ ਸਾਡੇ ਸਿਰਫ ਇੰਨੇ ਕਰਕੇ ਫਿਰ ਅਸੀਂ ਥੋੜ੍ਹੇ ਜਿਹੇ ਪਿੱਛੇ ਛੇਤੀ ਹਟ ਜਾਂਦੇ ਹਾਂ ਇਸ ਗੱਲ ਤੋਂ ਵਿਚਾਰ ਕਰਕੇ। ਸੋ ਥੋੜ੍ਹਾ ਜਿਹਾ ਇਸ ਗੱਲ 'ਤੇ ਗੁੱਸੇ ਤੋਂ ਕੱਲੇ ਹੋ ਕੇ ਬਚੋ, ਇਸ ਵੇਲੇ ਗੁੱਸੇ ਦਾ, ਈਰਖਾ ਦਾ, ਲੜਾਈ ਝਗੜੇ ਦਾ ਬਹੁਤ ਭਾਰ ਹੈ ਸੰਸਾਰ ਸਾਰੇ ਦੇ ਉੱਤੇ। ਤੁਸੀਂ ਵੇਖ ਲਓ ਕਿਹੜਾ ਕਿਹੜਾ ਦੇਸ਼ ਹੈ ਜਿਹੜਾ ਇਸ ਗੱਲ ਤੋਂ ਬਚਿਆ ਹੈ। ਪਰ ਜੇ ਬਚਾਅ ਹੋ ਸਕਦਾ ਹੈ ਤਾਂ ਉਹ ਸਗੁਰਾਂ ਦੀ ਸ਼ਰਨ ਨਾਲ, ਨਾਮ ਜਪਣ ਨਾਲ, ਸਗੁਰਾਂ ਦੇ ਹੁਕਮ ਮੰਨਣ ਨਾਲ ਹੀ ਬਚਾਅ ਹੋ ਸਕਦਾ ਹੈ। ਜਿਹਦੀਆਂ ਬੱਗਾਂ ਅੰਗਲਾਂ ਮਾਲਾ ਪਾ ਕੇ, ਇਹ ਠੀਕ ਹੈ, ਇਹ ਤਾਂ ਅਸਾਂ ਕਰਨਾ ਹੀ ਕਰਨਾ, ਇਹ ਸਾਡੀ ਚਪੜਾਸ ਹੈ, ਸਾਡੀ ਜਿਹੜੀ ਸਾਡੀ ਪੁਲਿਸ ਹੈ ਸਮਝੋ, ਉਹਦੇ ਵਰਦੀ ਇਹ ਹੈ। ਪਰ ਵਰਦੀ ਪਾ ਕੇ ਅਸੀਂ ਬੰਦੂਕ ਨਾ ਫੜੀਏ, ਅਸੀਂ ਲੜਾਈ ਵਿੱਚ ਨਾ ਸ਼ਾਮਿਲ ਹੋਈਏ, ਅਤੇ ਉਹ ਲੀਜਾਗੜ੍ਹ ਬੰਦਾ ਭਾਈ ਦੋਵਰ ਕੋਟ ਆ ਸੇਵਰ ਖਾਈ, ਉਹ ਜਿਹੜੀ ਲੜਾਈ ਹੈ ਉਹਦੇ ਵਿੱਚ ਨਾ ਸ਼ਾਮਿਲ ਹੋਈਏ, ਉਸ ਦਾ ਨਾ ਕਰੀਏ, ਤਾਂ ਫਿਰ ਸਿਪਾਹੀ ਦਾ ਫਾਇਦਾ ਨਹੀਂ, ਸਾਡੀ ਵਰਦੀ ਦਾ। ਜਿਹਨਾਂ ਜਿਹਨਾਂ ਦੇ ਕੋਈ ਮਾਰ ਸ਼ਰਾਬ ਹੁੰਦੇ ਪੀਂਦੇ ਹੋਣ, ਉਹਨਾਂ ਨੂੰ ਚਾਹੀਦਾ ਉਹ ਇੱਥੇ ਫੇਰੇ ਹੀ ਆ ਕੇ, ਅੱਜ ਨਹੀਂ ਸਵੇਰੇ ਨਹੀਂ, ਜਿਸ ਤਰ੍ਹਾਂ ਵੀ ਹੋ ਸਕੇ ਉਹ ਆ ਕੇ ਅੱਜ ਨੂੰ ਤਿਆਗ ਕਰ ਦੇਣ, ਮਾਰ ਸ਼ਰਾਬ ਨਾ, ਕੋਈ ਰੂਮਾਂ ਦੀ ਬੇਨਤੀ ਕਰਦੇ ਹੋਣ, ਉਹ ਇਹ ਸਾਰੀ ਗੱਲ ਕਰਦੇ ਹਨ।
ਜਦੋਂ ਤੁਸੀਂ ਇੱਥੇ ਇਕੱਠੇ ਹੋਇਆ ਕਰੋ, ਮੈਨੂੰ ਬੜੀ ਖੁਸ਼ੀ ਹੋਈ। ਮੈਨੂੰ ਕਿਸੇ ਨੇ ਕੱਲ੍ਹ ਮੈਨੂੰ ਯਾਦ ਨਹੀਂ ਕਿਸੇ ਨੇ ਦੱਸਿਆ ਮੈਨੂੰ ਕਿ ਸਾਊਥ ਹਾਲ ਵਿੱਚ ਬਾਬਾ ਜੀ ਦੇ ਉਦੋਂ ਨਾਲ ਬਹੁਤ ਸਾਰੇ ਸ਼ਹੀਦ ਇਕੱਠੇ ਹੁੰਦੇ ਨੇ, ਨਾਮ ਸਿਮਰਨ ਕਰਦੇ ਨੇ। ਸਤਭਜਨ ਸਿੰਘ ਹੋਰੀ ਨੇ ਉੱਥੇ ਹੋਰ ਜਿਹੜੇ ਸ਼ਹੀਦ ਨੇ ਕਈ ਜਿਹੜੇ ਉਦੋਂ ਨਾਲ ਇਕੱਠੇ ਕਰ ਲੈਂਦੇ ਨੇ, ਬਹੁਤ ਵਧੀਆ ਗੱਲ। ਜਿਸ ਤਰ੍ਹਾਂ ਇੱਥੇ ਵੀ ਹੁੰਦੇ ਹੋਣਗੇ, ਅੱਜ ਤਾਂ ਸਾਰੀ ਸਾਧ ਦੂਜੇ ਥਾਵਾਂ ਤੋਂ ਆ ਕੇ ਹਾਰ ਵੀ ਛੋਟਾ ਕਰ ਦਿੰਦਾ। ਆਪਸ ਚ ਕੋਸ਼ਿਸ਼ ਕਰਿਆ ਕਰੋ ਕਿ ਮਿਲਵਰਤੋਂ ਹੋਵੇ। ਅਸੀਂ ਸਤਿਗੁਰੂ ਰਾਮ ਸਿੰਘ ਨੂੰ, ਸਤਿਗੁਰੂ ਪ੍ਰਤਾਪ ਸਿੰਘ ਨੂੰ ਮਿਲਣ ਵਾਲੇ ਹਾਂ। ਸਾਡਾ ਮੇਲ ਮਿਲਾਪ ਸਾਂਝਾ ਹੋਣਾ ਚਾਹੀਦਾ, ਦੂਜੀਆਂ ਸੰਸਥਾਵਾਂ ਨਾਲ ਹੋਣਾ ਚਾਹੀਦਾ। ਆਪਣੀ ਦੁਕਾਨ ਕਰਦਾ ਹੋਇਆ ਦੁਕਾਨਦਾਰ ਦੂਸਰੀਆਂ ਸਭ ਦੁਕਾਨਾਂ ਤੋਂ ਵੇਖ ਕੇ ਕਿ ਉਹ ਕਿਸ ਤਰ੍ਹਾਂ ਆਪਣੀ ਦੁਕਾਨ ਦਾ ਫਾਇਦਾ ਉਠਾਉਂਦੇ ਨੇ, ਉਹ ਆਪਣੀ ਦੁਕਾਨ ਨੂੰ ਬੜੀ ਚੰਗੀ ਚਲਾਉਂਦਾ, ਪਰ ਕਦੇ ਇਹ ਨਹੀਂ ਕਰਦਾ ਵੀ ਉਸ ਦੁਕਾਨ ਨੂੰ ਵੇਚ ਦੇਵੇ ਦੂਜੇ ਕੋਲ, ਜਾਂ ਦੂਸਰੇ ਨੂੰ ਭਾਈਵਾਲ ਦੁਕਾਨ ਦਾ ਬਣਾ ਕੇ ਅਤੇ ਉਹਨੂੰ ਵਿੱਚ ਸਵਾੜ ਲਵੇ ਅਤੇ ਆਪਣੀ ਦੁਕਾਨ ਜਾਂਦੀ ਰਹੇ। ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਿਆ ਕਰੋ ਬਈ ਤੁਹਾਡੇ ਵਿੱਚ ਹੋਰ ਕੋਈ ਪਾਸੇ ਜਾਣ ਦਾ ਪ੍ਰੋਗਰਾਮ ਨਾ ਹੋਵੇ ਪ੍ਰੋਗਰਾਮ ਨੂੰ ਛੱਡ ਕੇ। ਇਹਦੇ ਵਾਸਤੇ ਮੈਂ ਇੰਨਾ ਹੀ ਆਖਣਾ, ਤੁਹਾਨੂੰ ਪਤਾ ਹੀ ਹੈ ਜਿੱਧਰ ਕੋਈ ਜਾਂਦਾ ਉਹ ਪਾਸੇ ਨਾ ਜਾਵੇ, ਸਾਧ ਤੁਹਾਡੇ ਪਾਸੇ ਇੱਧਰ ਆਵੇ। ਕੋਈ ਸੋਧ ਰੱਖੇ, ਕੋਈ ਵੱਡੀ ਸੋਧ ਰੱਖੇ, ਕੋਈ ਨਲਕੇ ਦਾ ਪਾਣੀ ਛੱਡੇ, ਇਸ ਨੂੰ ਹੌਲੀ 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 ਤੁਰਿਆ ਕਰੋ। ਜਿਹੜੇ ਆਦਮੀ ਜਿਹੜੀਆਂ ਗੱਲਾਂ ਬੰਨਦੇ ਨੇ ਉਹ ਸਾਰਾ ਟਾਈਮ ਨਹੀਂ ਬੰਨ ਸਕਦੇ, ਅਤੇ ਕਦੇ ਐਤਵਾਰ ਨੂੰ ਬੰਨ ਲਿਆ ਕਰ ਤੁਸੀਂ ਬਸ, ਅਤੇ ਕਿਸੇ ਨੂੰ ਚਿੜਾ ਕੇ ਨਹੀਂ, ਕਿਸੇ ਨੂੰ ਲੜ ਕੇ ਨਹੀਂ, ਪਿਆਰ ਨਾਲ ਪ੍ਰੇਮ ਨਾਲ ਉਹਨਾਂ ਨੂੰ ਇਸ ਪਾਸੇ ਲਾਇਆ ਜਾਵੇ। ਅਤੇ ਸੋਧ ਰੱਖਣੀ ਕੋਈ ਬਹੁਤੀ ਔਖੀ ਨਹੀਂ, ਸਿਰਫ ਮਨ ਬਣਨ ਦੀ ਗੱਲ ਹੈ। ਇੱਥੇ ਆਉਣਾ ਬਹੁਤ ਔਖਾ ਹੈ ਪਾਸਪੋਰਟਾਂ ਦੇ ਚੱਕਰ 'ਚ, ਤੁਸੀਂ ਇਹ ਚੈਨਲ ਪਾਸ ਕਰਦੇ ਹੀ ਹੋ। ਇੱਥੇ ਆ ਕੇ ਵੀ ਜੇ ਹੋਰ ਕੋਈ ਨਹੀਂ ਤਾਂ ਘੱਟ ਤੋਂ ਘੱਟ ਜੇ ਵੱਡੀ ਸੋਧ ਨਹੀਂ ਰੱਖੀ ਜਾਂਦੀ, ਬਾਜ਼ਾਰ 'ਚ ਬਹਿ ਕੇ ਨਾ ਖਾਇਆ ਕਰੋ, ਘਰ ਬੈਠ ਕੇ ਖਾ ਲਿਆ। ਜਿਹੜੀ ਗੱਲ ਨਹੀਂ ਸੋਹਣੀ ਲੱਗਦੀ ਉਹ ਨਾ ਕੀਤੀ ਆਪਣੇ ਵਾਸਤੇ। ਸਗੁਰਾਂ ਨੇ ਹੁਕਮ ਦਿੱਤਾ ਹੈ ਮਨ ਜਿਓ ਆਪਣੇ ਭਰਾ ਭਾਵੋ, ਨੀਚਾ ਨੀ ਨੀਚ ਹੱਥ ਨਾ ਨਾ ਹੋਏ ਗਰੀਬ ਬੁਲਾਵੋ, ਅਨਿਤ ਅੰਬਰ ਮਾਇਆ ਕੇ ਬਿਰਥੇ ਸਿਰ ਉਪੀਤ ਘਟਾਵੋ, ਜੋ ਆਪਣੋ ਸੁਆਮੀ ਸੁਖਮਾਨ ਹੈ ਤਾਂ ਮੈਂ ਸੁਭਾਵ ਮੈਂ ਨਿਰਮਾਣ।